ਆਜ਼ਾਦ ਬੰਦੇ ਨੂੰ ਲੋਕ ਵੋਟ ਕਿਉਂ ਪਾਉਣਗੇ? ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਆਜ਼ਾਦ ਖਿਆਲ ਰੱਖਦੇ। ਮੀਤ ਹੈਰ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆ ਕਿ 2.5 ਸਾਲ ਪਏ ਆ ਜੇ ਸਰਕਾਰ ਦੇ, 2.5 ਸਾਲ ਕਨੈਕਸ਼ਨ ਕਿਤੇ ਤੋੜ ਨਾ ਲਿਓ, ਫਿਊਜ ਬਲਬਾਂ ਨੂੰ ਵੋਟ ਪਾ ਕੇ ਖੂਹ 'ਚ ਵੋਟ ਨਾ ਸੁੱਟ ਦਿਓ। ਜੋੜਨਾ ਤਾਂ ਛੱਡੋ, ਕਨੈਕਸ਼ਨ ਪੱਟਣਾ ਵੀ ਜਾਣਦੇ ਆ, ਅਤੇ ਜਿਹੜੇ ਗ੍ਰਿੱਡਾਂ ਦੀਆਂ ਗੱਲਾਂ ਕਰਦੇ ਨੇ ਗ੍ਰਿੱਡ ਵੀ ਨਵਾਂ ਲਾ ਲੈਂਦੇ ਆ। ਇੱਕ ਅਪੀਲ ਮੀਤ ਹੈਰ ਹੋਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਫੰਡ ਬਰਨਾਲੇ ਹਲਕੇ ਦੇ ਵਿੱਚ ਮੈਂ ਲੈ ਕੇ ਆਇਆ, 2.5 ਸਾਲਾਂ ਦੇ ਵਿੱਚ ਇਦੋਂ ਦੁੱਗਣਾ ਫੰਡ ਲਿਆ ਕੇ ਦੇਊਂਗਾ ਬਰਨਾਲੇ ਨੂੰ। ਰੌਲਾ ਤਾਂ ਕਰਪਸ਼ਨ ਦਾ, ਪੈਸਾ ਤਾਂ ਇੱਥੋਂ ਦੇ ਚੌਧਰੀਆਂ ਦੀ ਜੇਬਾਂ ਜਾ ਰਿਹਾ। ਹਰਿੰਦਰ ਧਾਲੀਵਾਲ ਵੱਡੀ ਲੀਡ ਦੇ ਨਾਲ 23 ਤਰੀਕ ਨੂੰ ਜਿੱਤ ਦਰਜ ਕਰਨ ਜਾ ਰਿਹਾ। ਜਦੋਂ ਵੋਟਾਂ ਪੈ ਗਈਆਂ, ਰਿਜ਼ਲਟ ਆ ਗਿਆ, ਉਹ ਤਾਂ ਇੱਥੇ ਦਿਸਣੇ ਵੀ ਨਹੀਂ, ਉਹ ਚੰਡੀਗੜ੍ਹ ਨੂੰ ਚੜ੍ਹ ਜਾਣਗੇ, ਤੁਹਾਡੀ ਇੰਟਰਵਿਊ ਨਹੀਂ ਕਰਨੀ ਉਹਨਾਂ ਨੇ। ਉਹ ਕਹਿ ਰਿਹਾ ਕਿ ਅਸੀਂ ਵਿਕਾਸ ਦੀ ਰਾਜਨੀਤੀ ਕਰ ਰਹੇ ਹਾਂ ਅਤੇ ਬਾਠ ਸਾਹਿਬ ਸਾਨੂੰ ਸਿਰਫ ਨਿੰਦਣ ਦੀ ਰਾਜਨੀਤੀ ਕਰਦੇ ਆ। ਜੇ ਇਨਕਲਾਬ ਜਿੰਦਾਬਾਦ ਤੋਂ ਨਾਰੇ ਤੋਂ ਥਿੜਕਿਆ ਕੋਈ ਨਾ, ਤਾਂ ਇਹ ਆਮ ਆਦਮੀ ਪਾਰਟੀ ਵਾਲੇ ਇਹ ਥਿੜਕਿਆ। ਮੈਂ ਇਨਕਲਾਬ ਜਿੰਦਾਬਾਦ ਤੋਂ ਨਹੀਂ ਥਿੜਕਿਆ, ਮੈਂ ਅੱਜ ਵੀ ਇਮਾਨਦਾਰੀ ਦੇ ਨਾਂ 'ਤੇ ਵੋਟਾਂ ਮੰਗ ਰਿਹਾ। ਉਹ ਤਾਂ ਕਹਿੰਦੇ ਕੱਲ੍ਹ ਦੀ ਰੈਲੀ ਨੇ ਸਾਬਤ ਕਰਤਾ ਕਿ ਹਰਿੰਦਰ ਜਿੱਤ ਰਿਹਾ ਇੱਕ ਪਾਸੇ। ਰੈਲੀ 'ਚ ਕੱਠ ਤਾਂ ਦੇਖ ਲਓ ਕਿਹੜਾ ਸੀ, ਰੈਲੀ 'ਚ ਬੰਦੇ ਤਾਂ 70 ਨਹੀਂ ਹੋਣੇ ਬਰਨਾਲੇ ਦੇ। ਕਹਿੰਦੇ ਬਾਠ ਨੂੰ ਮੈਂ ਹੀ ਲੈ ਕੇ ਆਇਆ ਸੀ, ਉਹ ਕਹਿੰਦੇ ਇਹਨਾਂ ਨੂੰ ਕੌਣ ਲੈ ਕੇ ਆਇਆ ਸੀ, ਅਤੇ ਇਹਨਾਂ ਨੂੰ ਫੂਲਕਾ ਸਾਹਿਬ ਲੈ ਕੇ ਆਏ ਸੀ, ਫਿਰ ਫੂਲਕਾ ਸਾਹਿਬ ਨਾਲ ਚਲੇ ਜਾਂਦੇ। ਮੀਤ ਹੈਰ ਕਹਿ ਰਿਹਾ ਕਿ ਯਾਰੀ ਅਤੇ ਗਦਾਰੀ 'ਚ ਮੈਨੂੰ ਚੰਗੀ ਤਰ੍ਹਾਂ ਫਰਕ ਪਤਾ ਹੈ, ਕੌਣ ਯਾਰ ਹੈ ਅਤੇ ਕੌਣ ਯਾਰ ਮਾਰ ਕਰ ਰਿਹਾ। ਦੇਖੋ ਇਹ ਲੋਕ ਦੱਸਣਗੇ ਵੀ ਕੌਣ ਯਾਰ ਆ ਕੌਣ ਗਦਾਰ। ਬਰਨਾਲਾ ਵਿਧਾਨ ਸਭਾ ਹਲਕੇ ਦੇ ਉੱਤੇ ਸਭ ਦੀ ਨਜ਼ਰ ਹੈ ਕਿਉਂਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਗੁਰਦੀਪ ਬਾਠ ਇੱਥੇ ਸਖ਼ਤ ਟੱਕਰ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਦੇ ਰਹੇ ਨੇ ਅਤੇ ਲਗਾਤਾਰ ਇਸ ਮੁਕਾਬਲੇ ਦੇ ਵਿੱਚ ਰੌਚਕਤਾ ਦੇ ਨਾਲ ਉਹ ਅੱਗੇ ਵੱਧ ਰਹੇ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੁਰਦੀਪ ਸਿੰਘ ਬਾਠ ਸਾਡੇ ਨਾਲ ਨੇ। ਬਾਠ ਸਾਹਿਬ ਸਵਾਗਤ ਹੈ। ਮੈਂ ਸੁਣਿਆ ਅੱਜ ਤੁਹਾਡਾ ਜਨਮ ਦਿਨ ਹੈ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ। ਧੰਨਵਾਦ ਜੀ, ਧੰਨਵਾਦ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ। ਕਿਵੇਂ ਦੇਖਦੇ ਹੋ ਬਰਨਾਲੇ ਦੀ ਵਿਧਾਨ ਸਭਾ ਜ਼ਿਮਨੀ ਚੋਣ ਨੂੰ, ਕਿਉਂਕਿ ਅੱਜ ਸਿਰਫ ਕੁਝ ਘੰਟਿਆਂ ਦਾ ਸਮਾਂ ਚੋਣਾਂ ਦੇ ਵਿੱਚ ਬਾਕੀ ਰਹਿ ਗਿਆ, ਕਿੱਥੇ ਖੜੇ ਹੋ ਆਪਣੇ ਆਪ ਨੂੰ ਦੇਖ ਰਹੇ ਹੋ? ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ। ਮੈਂ ਤੁਹਾਨੂੰ ਕੱਲ੍ਹ ਦੀ ਗੱਲ ਦੱਸਦਾ, ਕੱਲ੍ਹ ਮਤਲਬ ਕਿ ਅਸੀਂ ਰਾਤ ਨੂੰ ਲਗਭਗ 11:30-12 ਵਜੇ ਵਿਹਲੇ ਹੋਏ ਹਾਂ ਪ੍ਰੋਗਰਾਮਾਂ 'ਤੇ, ਅਤੇ ਜਿਹੜਾ ਆਖਰੀ ਪ੍ਰੋਗਰਾਮ ਸੀ ਨਾ ਉਹ 3 ਘੰਟੇ ਲੇਟ ਚੱਲ ਰਿਹਾ ਸੀ। 3 ਘੰਟੇ ਅਤੇ ਮਤਲਬ ਕਿ ਮੈਂ ਧੰਨਵਾਦ ਕਰਦਾ ਬਰਨਾਲੇ ਦੇ ਉਹਨਾਂ ਲੋਕਾਂ ਦਾ ਵੀ ਯਾਰ ਉਹ ਇੰਨਾ ਕੁ ਪਿਆਰ ਕਰਦੇ ਆ। 3-3 ਘੰਟੇ ਉਹ ਮਾਤਾਵਾਂ ਬੈਠੀਆਂ ਮੇਰੀ ਵੇਟ ਕਰ ਰਹੀਆਂ ਸੀ, ਹੈ ਨਾ, ਵੀ ਬੜਾ ਮਨ ਨੂੰ ਖੁਸ਼ੀ ਵੀ ਹੁੰਦੀ ਆ ਅਤੇ ਕੋਈ ਇਹ ਦੁੱਖ ਇਸ ਗੱਲ ਦਾ ਹੁੰਦਾ ਵੀ ਅਸੀਂ 3 ਘੰਟੇ ਲੇਟ ਹੋ ਗਏ। ਲੇਟ ਇਸ ਕਰਕੇ ਹੋ ਗਏ ਜੀ, ਨੌਜਵਾਨ ਅੱਗੇ ਮੋਟਰਸਾਈਕਲ ਲਾ ਲੈਂਦੇ ਆ, ਟਰੈਕਟਰ ਲਾ ਲੈਂਦੇ ਆ, ਇੱਕ ਪਿੰਡ 'ਚ ਜੇ ਕਈ ਵਾਰ ਇੱਕ ਪ੍ਰੋਗਰਾਮ ਆ, ਨਹੀਂ ਨਹੀਂ ਜੀ ਦੂਜੇ ਪਾਸੇ ਵੀ 500 ਬੰਦਾ, 2-3 ਪਿੰਡਾਂ 'ਚ ਤਾਂ ਇਹ ਇੰਸੀਡੈਂਟ ਹੋ ਗਏ ਵੀ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ, ਉਹ ਕਹਿੰਦੇ ਨਹੀਂ ਜੀ ਦੂਜੇ ਪਾਸੇ ਵੀ ਇਕੱਠ ਹੋਇਆ ਵਾ, ਤੁਸੀਂ ਇੱਥੇ ਵੀ ਬੋਲ ਕੇ ਜਾਓ। ਫਿਰ ਜਦੋਂ ਬੋਲਣ ਜਾਂਦੇ ਉੱਥੇ 15-20 ਮਿੰਟ ਤਾਂ ਦੇਖੋ ਆਪਣੀ ਗੱਲ ਕਹਿਣ ਨੂੰ ਦੱਸਣ ਨੂੰ ਲੱਗ ਹੀ ਜਾਂਦੇ, ਸੋ ਇਹਦੇ ਨਾਲ ਕੱਲ੍ਹ ਲੇਟ ਹੁੰਦੇ ਸੀ। ਸੋ ਮਤਲਬ ਕਿ ਇੰਨਾ ਕੁ ਜਿਹੜਾ ਭਰਮਾ ਹੰਗਾਰਾ ਮੈਂ ਸਮਝਦਾ ਮਿਲ ਰਿਹਾ, ਅਤੇ ਮੈਂ ਸਦਾ ਲਈ ਰਿਣੀ ਰਹੂੰਗਾ ਬਰਨਾਲੇ ਦੇ ਲੋਕਾਂ ਦਾ, ਵੀ ਪਰਮਾਤਮਾ ਉਹਨਾਂ ਦੇ ਸਾਰਿਆਂ ਦੇ ਚੜ੍ਹਦੀ ਕਲਾ ਕਰੇ, ਉਹਨਾਂ 'ਤੇ ਕਿਰਪਾ ਕਰੇ। ਬਰਨਾਲੇ ਦੀ ਇਸ ਚੋਣ ਦੇ ਵਿੱਚ ਮੁੱਖ ਮੰਤਰੀ ਵੀ ਆ ਰਹੇ ਆ, ਕੱਲ੍ਹ ਅਰਵਿੰਦ ਕੇਜਰੀਵਾਲ ਤੁਹਾਡੇ ਸੁਪਰੀਮੋ ਪੁਰਾਣੇ ਉਹ ਵੀ ਆਏ, ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਅਰਵਿੰਦ ਕੇਜਰੀਵਾਲ ਵੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕਰ ਰਹੇ ਆ ਲੋਕਾਂ ਨੂੰ। ਦੇਖੋ ਜੀ, ਉਹ ਆਪਣੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ, ਅਤੇ ਉਹ ਮਤਲਬ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ, ਉਹਨਾਂ ਦਾ ਦੇਖੋ ਮਤਲਬ ਕਿ ਆਪਦਾ ਪ੍ਰੋਰੋਗੇਟਿਵ ਆ, ਉਹਨਾਂ ਨੇ ਜਿਹੜੀ ਪਾਰਟੀ ਦੇ ਉਹ ਸਿੰਬਲ ਵਾਸਤੇ ਉਹਨਾਂ ਨੇ ਵੋਟਾਂ ਮੰਗਣੀਆਂ ਨੇ, ਸੋ ਉਹਨਾਂ ਨੇ ਆਪਦਾ ਪ੍ਰੋਗਰਾਮ ਦੇਣਾ ਅਤੇ ਮੈਂ ਆਪਦਾ ਪ੍ਰੋਗਰਾਮ ਦੇ ਰਿਹਾ। ਹੁਣ ਲੋਕਾਂ ਨੇ ਫੈਸਲਾ ਕਰਨਾ ਵੀ ਲੋਕਾਂ ਨੇ ਕਿਹਦੇ ਪ੍ਰੋਗਰਾਮ ਨੂੰ ਲੋਕਾਂ ਨੇ ਸੈੱਟ ਕਰਨਾ। ਮੀਤ ਹੈਰ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆ ਕਿ 2.5 ਸਾਲ ਪਏ ਆ ਜੇ ਸਰਕਾਰ ਦੇ, 2.5 ਸਾਲ ਕਨੈਕਸ਼ਨ ਕਿਤੇ ਤੋੜ ਨਾ ਲਿਓ, ਫਿਊਜ ਬਲਬਾਂ ਨੂੰ ਵੋਟ ਪਾ ਕੇ ਖੂਹ 'ਚ ਵੋਟ ਨਾ ਸੁੱਟ ਦਿਓ ਆਪਣੀ। ਦੇਖੋ ਇਹ ਮੀਤ ਹੈਰ ਜੀ ਨੂੰ ਇਹ ਸਮਝ ਲੈਣਾ ਚਾਹੀਦਾ
ਵੀ ਇਹ ਬਰਨਾਲਾ ਭਾਈ ਜੀ, ਇਹ ਬਰਨਾਲਾ, ਇਹ ਬਰਨਾਲੇ ਦਾ ਕਨੈਕਸ਼ਨ ਤੁਸੀਂ ਛੱਡੋ, ਕਨੈਕਸ਼ਨ ਇਹ ਜੋੜਨਾ ਤਾਂ ਛੱਡੋ, ਕਨੈਕਸ਼ਨ ਪਟਨਾ ਵੀ ਜਾਣਦੇ ਆ, ਅਤੇ ਜਿਹੜੇ ਗ੍ਰਿੱਡਾਂ ਦੀਆਂ ਗੱਲਾਂ ਕਰਦੇ ਨਾ, ਗ੍ਰਿੱਡ ਵੀ ਨਵਾਂ ਲਾ ਲੈਂਦੇ ਆ। ਇਹ ਬਰਨਾਲੇ ਦੀ ਧਰਤੀ ਆ, ਇਹਨੇ ਕਦੇ ਈਨ ਨਹੀਂ ਮੰਨੀ, ਅਤੇ ਹੁਣ ਤੁਸੀਂ ਕਹਿ ਤੁਸੀਂ ਕਹਿ ਦਿੰਦੇ ਵੀ ਉਹ ਕਹਿੰਦੇ ਕਨੈਕਸ਼ਨ ਤੋੜ ਨਾ ਲਿਓ, ਇਹ ਤਾਂ ਇੱਕ ਬੜੀ ਅਨਫੋਰਚੁਨੇਟ ਮਾੜੀ ਗੱਲ ਆ ਵੀ ਤੁਸੀਂ ਯਾਰ ਲੋਕਾਂ ਨੂੰ ਡਰਾ ਰਹੇ ਹੋ, ਵੀ ਤੁਸੀਂ ਲੋਕਾਂ ਨੂੰ ਡਰਾ ਕੇ ਵੋਟਾਂ ਲੈ ਰਹੇ ਹੋ। ਵੀ ਭਾਈ ਤੁਸੀਂ ਬੇਨਤੀ ਕਰੋ ਵੀ ਅਸੀਂ ਜੀ ਚੰਗੇ ਕੰਮ ਕੀਤੇ ਆ, ਅਸੀਂ ਤੁਹਾਡੀ ਸੁਣਵਾਈ ਕੀਤੀ ਆ, ਅਸੀਂ ਤੁਹਾਡੇ ਸੁੱਖਾਂ ਦੁੱਖਾਂ 'ਚ ਖੜ੍ਹੇ ਹਾਂ, ਜੇ ਤੁਸੀਂ ਖੜ੍ਹੇ ਹੋ ਤਾਂ ਤੁਸੀਂ ਲੋਕਾਂ ਤੋਂ ਇਹ ਕਹਿ ਕੇ ਵੋਟਾਂ ਮੰਗੋ। ਇਹ ਕੀ ਗੱਲ ਆ ਜੀ ਵੀ 2 ਸਾਲ ਸਰਕਾਰ ਦੇ ਰਹਿ ਗਏ? ਭਾਈ 2 ਸਾਲ ਸਰਕਾਰ ਦੇ ਪਹਿਲਾਂ ਵੀ ਸਰਕਾਰਾਂ ਆਈਆਂ ਨੇ, ਐਂ ਕਹਿ ਕੇ ਤਾਂ ਕਿਸੇ ਨੇ ਵੋਟਾਂ ਮੰਗੀਆਂ ਨਹੀਂ ਜਿਸ ਹਿਸਾਬ ਨਾਲ ਮੀਤ ਹੇਰ ਜੀ ਵੋਟਾਂ ਮੰਗ ਰਹੇ। ਸੋ ਇਹੀ ਅਨਫੋਰਚੁਨੇਟਲੀ ਮੈਨੂੰ ਗੱਲ ਜਿਹੜੀ ਬੜੇ ਦੁੱਖ ਦੀ ਲੱਗ ਰਹੀ ਆ ਵੀ ਇਹ ਜਿਹੜਾ ਇਹਨਾਂ ਦਾ ਐਟੀਟਿਊਡ ਆ ਇਹ ਬੇਹੱਦ ਮਾੜਾ, ਇਹ ਬੇਹੱਦ ਮਾੜਾ, ਅਤੇ ਇਹੀ ਐਟੀਟਿਊਡ ਆ ਜਿਹੜਾ ਬਰਨਾਲੇ ਦੇ ਲੋਕ ਐਤਕੀ ਤੋੜਨਗੇ। ਬਰਨਾਲੇ ਦੇ ਲੋਕਾਂ ਨੂੰ ਇੱਕ ਅਪੀਲ ਮੀਤ ਹੇਰ ਹੋਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਫੰਡ ਬਰਨਾਲੇ ਹਲਕੇ ਦੇ ਵਿੱਚ ਮੈਂ ਲੈ ਕੇ ਆਇਆ, ਅਤੇ 2.5 ਸਾਲਾਂ ਦੇ ਵਿੱਚ ਇਦੋਂ ਦੁੱਗਣਾ ਫੰਡ ਲਿਆ ਕੇ ਦੇਊਂਗਾ ਬਰਨਾਲੇ ਨੂੰ ਸਾਡਾ ਉਮੀਦਵਾਰ ਜਿਤਾਉਣ 'ਤੇ। ਕੋਈ ਗੱਲ ਨਹੀਂ ਜੀ, ਫੰਡ ਤਾਂ ਮੈਂ ਵੀ ਦੇਖੋ ਜੇ ਫੰਡ ਉਹ ਲੈ ਕੇ ਆਏ ਆ ਤਾਂ ਉਹ ਫੰਡ ਕੋਈ ਘਰੋਂ ਥੋੜ੍ਹੀ ਦਿੱਤਾ ਕਿਸੇ ਨੇ, ਤਾਂ ਲੋਕਾਂ ਦਾ ਪੈਸਾ, ਲੋਕਾਂ ਬਾਈ ਜੀ, ਲੋਕ ਬਾਈ ਜੀ ਰੋਜ਼ ਟੈਕਸ ਭਰਦੇ ਆ, ਲੋਕਾਂ ਦਾ ਰੋਜ਼ ਟੈਕਸ ਪੇਅਰ ਨੇ, ਉਹ ਟੈਕਸ ਪੇਅਰ ਦਾ ਪੈਸਾ ਇੱਥੇ ਆਇਆ, ਪਰ ਰੌਲਾ ਪੈਸਾ ਆਉਣ ਦਾ ਨਹੀਂ ਜੀ, ਰੌਲਾ ਪੈਸਾ ਲੱਗਿਆ ਕਿਤੇ ਕਿੰਨਾ, ਤੁਸੀਂ ਧਨੌਲੇ ਜਾ ਕੇ ਦੇਖ ਲਓ, ਧਨੌਲੇ 'ਚ ਠੇਕੇਦਾਰਾਂ ਦਾ ਕੀ ਜਿਹੜਾ ਸਿਸਟਮ ਚੱਲ ਰਿਹਾ, ਕੰਮ ਸਹੀ ਹੋ ਰਹੇ ਨੇ? ਮਤਲਬ ਕਿ ਰੌਲਾ ਤਾਂ ਕਰਪਸ਼ਨ ਦਾ ਵੀ ਇੱਥੇ ਠੇ, ਉਹੀ ਸਿਸਟਮ ਜਿਹਨੂੰ 2022 'ਚ ਲੋਕਾਂ ਨੇ ਵੋਟਾਂ ਪਾਈਆਂ ਵੀ ਯਾਰ ਅਸੀਂ ਸਿਸਟਮ ਬਦਲਾਂਗੇ, ਇੱਥੇ ਕਰਪਸ਼ਨ ਮੁਕਤ ਆ ਜਿਹੜਾ ਪ੍ਰਸ਼ਾਸਨ ਮਿਲੂਗਾ, ਇੱਥੇ ਜੀ ਹਰ ਚੀਜ਼ ਪਾਰਦਰਸ਼ਤਾ ਨਾਲ ਹੋਊ, ਉਹੀ ਤਾਂ ਮੈਂ ਲੜਾਈ ਲੜ ਰਿਹਾ ਵੀ ਭਾਈ ਪੈਸਾ ਚਾਹੇ ਆਇਆ ਪਰ ਪੈਸਾ ਲੱਗ ਨਹੀਂ ਰਿਹਾ ਸਹੀ ਢੰਗ ਨਾਲ। ਪੈਸਾ ਜੇ ਪੈਸਾ ਧਰਾਤਲ 'ਤੇ ਨਾ ਲੱਗਿਆ ਫਿਰ ਫਾਇਦਾ ਕੀ ਪੈਸਾ ਆਏਗਾ? ਪੈਸਾ ਤਾਂ ਇੱਥੋਂ ਦੇ ਚੌਧਰੀਆਂ ਦੀ ਜੇਬਾਂ ਜਾ ਰਿਹਾ, ਇਹੀ ਰੌਲਾ। ਕਿਹੜੇ ਚੌਧਰੀ ਨੇ? ਚੌਧਰੀ ਜਿਹੜੇ ਆਪਣੇ ਧਨੌਲੇ ਕਮੇਟੀ ਜਿਹੜੇ ਇਹਨਾਂ ਦੇ ਚੌਧਰੀ ਬਿਠਾਏ ਹੋਏ, ਉਹਨਾਂ ਸਾਰਿਆਂ ਦੇ ਜੇਬਾਂ 'ਚ ਪੈਸਾ ਜਾ ਰਿਹਾ। ਕਾਰਨ ਕੀ ਆ? ਕਿਉਂਕਿ ਤਾਂ ਹੀ ਮੈਨੂੰ ਇੱਕ ਗੱਲ ਦੱਸੋ, ਜੇ ਥੱਲੇ ਪ੍ਰੋਪਰ ਲੱਗ ਨਹੀਂ ਰਿਹਾ ਤੇ ਫਿਰ ਤਾਂ ਕਿਤੇ ਨਾ ਕਿਤੇ ਜਾ ਹੀ ਰਿਹਾ ਨਾ ਉਹ ਕਹਿੰਦੇ ਅਸੀਂ ਇਮਾਨਦਾਰ ਹਾਂ, ਕੱਟੜ ਇਮਾਨਦਾਰ ਕਹਿੰਦੀ ਤੁਹਾਡੀ ਪਾਰਟੀ ਆਪਣੇ ਲੀਡਰ ਨੂੰ। ਦੇਖੋ ਕੱਟੜ ਇਮਾਨਦਾਰ ਤਾਂ ਉਹ ਕਹਿੰਦੇ ਆ, ਪਰ ਉਹਨਾਂ ਨੂੰ ਇਹ ਪੁੱਛੋ, ਉਹ ਤਾਂ ਜਦੋਂ 17 ਤੋਂ 22 ਤੱਕ ਉਹ ਇਲੈਕਸ਼ਨ ਲੜਦੇ ਸੀ MLA ਸੀ, ਉਹ ਤਾਂ ਇਹ ਕਹਿੰਦੇ ਸੀ ਜਿਹੜੇ ਉੱਥੋਂ ਨਗਰ ਕੌਂਸਲ ਦੇ ਪ੍ਰਧਾਨ ਸੀ ਉਦੋਂ ਆਪਣੇ ਕਾਂਗਰਸ ਦੇ, ਉਹਨਾਂ ਖਿਲਾਫ਼ ਮੀਤ ਹੇਰ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਇਹਨਾਂ ਨੇ ਕਿਹਾ ਸੀ ਭਾਈ ਜੀ ਇਹਨਾਂ ਨੇ ਸਾਈਨ ਵੋਟ ਦਾ ਘਟਾਲਾ ਕਰਤਾ, ਜਿਹੜੀ ਚੀਜ਼ 1200 ਰੁਪਏ ਦੀ ਸੀ ਇਹਨਾਂ ਨੇ 7500 ਦੀ ਲਾਈ, ਅਤੇ ਲੱਖਾਂ ਰੁਪਏ ਦਾ ਘਟਾਲਾ ਕੀਤਾ। ਇਹ ਮੀਤ ਹੇਰ ਜੀ ਦੀ ਜਵਾਨੀ ਆ, ਮੈਂ ਨਹੀਂ ਕਹਿ ਰਿਹਾ। 17 ਤੋਂ ਲੈ ਕੇ 22 ਦੇ ਵਿੱਚ ਇਹਨਾਂ ਨੇ ਕਾਂਗਰਸ ਦੇ ਨਗਰ ਕੌਂਸਲ ਦੇ ਪ੍ਰਧਾਨ ਦੇ ਖਿਲਾਫ਼ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, 1 ਵਾਰ ਨਹੀਂ ਕੀਤੀ, 2-3 ਵਾਰ ਕੀਤੀ। ਕਹਿੰਦੇ ਵੀ ਜਦੋਂ ਅਸੀਂ ਪਾਵਰ 'ਚ ਆਏ, ਜਦੋਂ ਸਾਡੀ ਸੱਤਾ ਹੋਈ, ਜਦੋਂ ਅਸੀਂ ਸਾਡੀ ਸਰਕਾਰ ਬਣੀ, ਅਸੀਂ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ, ਅਸੀਂ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਕਰਾਵਾਂਗੇ। ਇਹ ਔਨ ਰਿਕਾਰਡ ਪਈਆਂ ਨੇ ਸਾਰੀਆਂ ਗੱਲਾਂ। ਅਤੇ ਭਾਈ ਤੁਹਾਡੀ ਸਰਕਾਰ ਵੀ ਆ ਗਈ, ਤੁਸੀਂ ਮੰਤਰੀ ਵੀ ਬਣਾਤੇ ਸੁੱਖ ਨਾਲ, ਫਿਰ ਤਾਂ ਲੋਕਾਂ ਨੇ MP ਵੀ ਬਣਾਤੇ, ਅਤੇ ਹੁਣ ਕਰੋ ਕੁਛ। ਉਹ ਤਾਂ ਸਮਾਂ ਦੀ ਕੀ ਕਰਨਾ ਸੀ, ਉਹ ਤਾਂ ਛੱਡੋ, ਹੁਣ ਵੋਟਾਂ 'ਚ ਉਹੀ ਨਗਰ ਕੌਂਸਲ ਦਾ ਪ੍ਰਧਾਨ ਇਹਨਾਂ ਦੀ ਗੱਡੀ 'ਚ ਬੈਠਾ ਹੁੰਦਾ, ਫਿਰ ਕਿੱਥੋਂ ਕਹਿ ਰਹੇ, ਕਿਸ ਹਿਸਾਬ ਨਾਲ ਲੋਕ ਕਹਿ ਦੇਣ ਜੀ ਇਮਾਨਦਾਰ? ਜਾਂ ਤਾਂ ਫਿਰ ਤੁਸੀਂ ਉਦੋਂ ਝੂਠੇ ਸੀ ਜਾਂ ਫਿਰ ਤੁਸੀਂ ਅੱਜ ਝੂਠੇ ਹੋ, ਇਹ ਗੱਲ ਦਾ ਜਵਾਬ ਲਿਓ ਮੀਤ ਹੇਰ ਜੀ ਤੋਂ। ਹਰਿੰਦਰ ਧਾਲੀਵਾਲ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ, ਉਹ ਕਹਿ ਰਹੇ ਨੇ ਕਿ ਹਰਿੰਦਰ ਧਾਲੀਵਾਲ ਵੱਡੀ ਲੀਡ ਦੇ ਨਾਲ 23 ਤਰੀਕ ਨੂੰ ਜਿੱਤ ਦਰਜ ਕਰਨ ਜਾ ਰਿਹਾ। ਉਹਨਾਂ ਦੇ ਕਹਿਣ ਨਾਲ ਕੁਛ ਨਹੀਂ ਹੁੰਦਾ ਜੀ, ਉਹਨਾਂ ਦੇ ਕਹਿਣ ਨਾਲ ਕਿਸੇ ਲੀਡਰਾਂ ਦੇ ਕਹਿਣ ਨਾਲ ਥੋੜ੍ਹੀ ਕੁਛ ਹੋਣਾ, ਇਹ ਤਾਂ ਲੋਕ ਦੱਸਣਗੇ ਵੀ ਕੌਣ ਜਿੱਤੂਗਾ ਕੌਣ ਹਾਰੂਗਾ। ਇਹ ਲੋਕ ਵੱਡੇ ਹੁੰਦੇ ਆ, ਲੀਡਰ ਕੋਈ ਵੱਡੇ, ਮੈਂ ਵਾਰ ਵਾਰ ਕਹਿਣਾ ਲੋਕ ਵੱਡੇ ਹੁੰਦੇ ਆ, ਲੀਡਰ ਨਹੀਂ ਵੱਡੇ ਹੁੰਦੇ। ਇਹ ਲੋਕ ਫਤਵਾ ਦੇਣਗੇ, ਲੋਕ 23 ਤਰੀਕ ਨੂੰ ਦੱਸ ਦੇਣਗੇ ਵੀ ਉਹ ਕਿਹਨੂੰ ਪਿਆਰ ਕਰਦੇ ਆ ਤੇ ਕਿਹਨੂੰ ਨਫ਼ਰਤ ਕਰਦੇ। ਹਰਿੰਦਰ ਧਾਲੀਵਾਲ ਨੇ ਇਹ ਵੀ ਆਖਿਆ ਕਿ 62 ਨੂੰ ਮੈਂ ਮੁਕਾਬਲੇ 'ਚ ਵੀ ਨਹੀਂ ਮੰਨਦਾ। ਉਹਨਾਂ ਦੇ ਮੰਨਣ ਨਾਲ ਕੀ ਹੁੰਦਾ ਜੀ? ਮੈਂ ਫੇਰ ਕਹਿਣਾ ਵੀ ਲੀਡਰਾਂ ਦੇ ਮੰਨਣ ਨਾਲ ਨਾ ਮੰਨਣ ਨਾਲ ਕੀ ਹੁੰਦਾ?
ਰਿੰਦਰ ਧਾਲੀਵਾਲ ਤਾਂ ਜਦੋਂ ਵੋਟਾਂ ਪੈ ਗਈਆਂ ਰਿਜ਼ਲਟ ਆ ਗਿਆ ਉਹ ਤਾਂ ਇੱਥੇ ਦਿਸਣੇ ਵੀ ਨਹੀਂ, ਉਹ ਤਾਂ ਚੰਡੀਗੜ੍ਹ ਨੂੰ ਚੜ੍ਹ ਜਾਣਗੇ, ਤੁਹਾਡੀ ਇੰਟਰਵਿਊ ਨਹੀਂ ਕਰਨੀ ਉਹਨਾਂ ਨੇ। ਉਹਨਾਂ ਦੇ ਕਹਿਣ ਨਾਲ ਕੀ ਹੁੰਦਾ, ਗੱਲ ਤਾਂ ਲੋਕਾਂ ਦੀ ਆ, ਇਹ ਤਾਂ ਲੋਕ ਦੱਸਣਗੇ ਲੋਕ ਕਿਹਨੂੰ ਪਿਆਰ ਕਰਦੇ ਆ, ਕਿਹਨੂੰ ਲੋਕ ਵੋਟਾਂ ਪਾਉਣਗੇ। ਹਾਂ, ਇਹ ਤਾਂ ਲੋਕ ਨੇ, ਸੋ ਲੋਕਾਂ ਦੀ ਕਚਹਿਰੀ 'ਚ ਸੀ ਅਤੇ ਲੋਕ ਹੀ ਫੈਸਲਾ ਕਰ। ਉਹ ਕਹਿ ਰਿਹਾ ਕਿ ਅਸੀਂ ਵਿਕਾਸ ਦੀ ਰਾਜਨੀਤੀ ਕਰ ਰਹੇ ਹਾਂ ਅਤੇ ਬਾਠ ਸਾਹਿਬ ਸਾਨੂੰ ਸਿਰਫ ਨਿੰਦਣ ਦੀ ਰਾਜਨੀਤੀ ਕਰਦੇ ਆ। ਨਿੰਦਣ ਦੀ, ਮੈਂ ਉਹਨਾਂ ਨੂੰ ਨਿੰਦਣ ਦੀ ਰਾਜਨੀਤੀ ਨਹੀਂ ਕਰ ਰਿਹਾ ਜੀ, ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਰਾ ਅਸੀਂ 17 ਚ ਲਾ ਰਹੇ ਸੀ, ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਰਾ ਅਸੀਂ 19 ਚ ਲਾ ਕੇ ਵੋਟਾਂ ਮੰਗੀਆਂ, ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਰਾ ਅਸੀਂ 22 ਚ ਲਾ ਕੇ ਵੋਟਾਂ ਮੰਗੀਆਂ, ਤਾਂ ਗੁਰਪ੍ਰੀਤ ਜੀ ਗੁਰਦੀਪ ਬਾਠ ਅੱਜ ਵੀ ਉਹ ਇਨਕਲਾਬ ਦਾ ਜਿੰਦਾਬਾਦ ਦਾ ਨਾਰਾ ਲਾ ਕੇ ਵੋਟਾਂ ਮੰਗ ਰਿਹਾ। ਜੇ ਇਨਕਲਾਬ ਜਿੰਦਾਬਾਦ ਤੋਂ ਨਾਰੇ ਤੋਂ ਥਿੜਕਿਆ ਕੋਈ ਨਾ ਤਾਂ ਇਹ ਆਮ ਆਦਮੀ ਪਾਰਟੀ ਵਾਲੇ, ਇਹ ਥਿੜਕਿਆ, ਮੈਂ ਇਨਕਲਾਬ ਜਿੰਦਾਬਾਦ ਤੋਂ ਨਹੀਂ ਥਿੜਕਿਆ, ਮੈਂ ਅੱਜ ਵੀ ਇਮਾਨਦਾਰੀ ਦੇ ਨਾਂ 'ਤੇ ਵੋਟਾਂ ਮੰਗ ਰਿਹਾ, ਮੈਂ ਨਹੀਂ ਥਿੜਕਿਆ, ਇਹ ਥਿੜਕਿਆ, ਮੈਂ ਇਹ ਕਹਿ ਕੇ ਲੋਕਾਂ ਤੋਂ ਵੋਟਾਂ ਮੰਗ। ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨਾਲ ਅਸੀਂ ਵੀ ਇੰਟਰਵਿਊ ਕੀਤੇ ਆ, ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਪਾਰਟੀ 'ਚ ਜਿਵੇਂ ਇਲਜ਼ਾਮ ਲੱਗਦੇ ਆ ਕਿ ਤੁਸੀਂ ਪਰਿਵਾਰਵਾਦ ਨੂੰ ਜਾਂ ਮਿੱਤਰਵਾਦ ਨੂੰ ਕਹਿ ਰਹੇ ਕਿ ਭਾਰੂ ਕਰ ਰਹੇ ਹੋ, ਉਹ ਕਹਿੰਦੇ ਕਿ ਵਿਨੇਬਿਲਟੀ ਵੀ ਕੋਈ ਚੀਜ਼ ਹੁੰਦੀ ਹੈ, ਵਿਨੇਬਿਲਟੀ ਦੇਖ ਕੇ ਟਿਕਟ ਦਿੱਤੀ ਜਾਂਦੀ ਹੈ। ਨਹੀਂ, ਜੇ ਵਿਨੇਬਿਲਟੀ ਟਿਕਟ ਦੇਖ ਕੇ ਟਿਕਟ ਦਿੱਤੀ ਜਾਂਦੀ ਆ ਤਾਂ ਫਿਰ ਕਿੰਨੇ ਕੁ ਜਿਹਨਾਂ ਦੀਆਂ ਟਿਕਟਾਂ ਕੱਟੀਆਂ ਸੀ, ਕਿੰਨੇ ਕੁ ਨੂੰ ਇਹਨਾਂ ਨੇ ਪੰਜਾਬ ਮੰਡੀ ਬੋਰਡ ਆਫਰ ਕਰਤੀ ਜੀ, ਕਿੰਨੇ ਕੁ ਨੂੰ ਇਹਨਾਂ ਨੇ ਪੰਜਾਬ ਮੰਡੀ ਬੋਰਡ ਵਿਦ ਕੈਬਨਿਟ ਰੈਂਕ ਆਫਰ ਕਰਤੀ। ਹੁਣ ਤੱਕ ਤਾਂ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਕਹਿਣਾ ਚਾਹੁੰਦਾ, ਹੁਣ ਤੱਕ ਤਾਂ ਸ਼ਾਇਦ ਬਰਨਾਲੇ ਦੇ ਲੋਕਾਂ ਨੂੰ ਇਹ ਵੀ ਲੱਗਦਾ ਹੋਊ ਵੀ ਸ਼ਾਇਦ ਯਾਰ ਗੁਰਦੀਪ ਬਾਠ ਝੂਠ ਤਾਂ ਨਹੀਂ ਬੋਲ ਰਿਹਾ ਵੀ ਪੰਜਾਬ ਮੰਡੀ ਬੋਰਡ ਦੀ ਚੇਅਰਮੈਨ ਨਹੀਂ, ਸ਼ਾਇਦ ਨਾ ਹੀ ਦਿੰਦੇ ਹੋਣ, ਸ਼ਾਇਦ ਗੁਰਦੀਪ ਬਾਠ ਆਪਦੇ ਆਪ ਹੀ ਕਹਿ ਰਿਹਾ ਹੋਵੇ। ਭਾਈ ਹੁਣ ਤਾਂ ਇੱਥੇ ਮੁੱਖ ਮੰਤਰੀ ਸਾਹਿਬ ਵੀ 3 ਵਾਰ ਆ ਗਏ, ਨੈਸ਼ਨਲ ਕਨਵੀਨਰ ਵੀ ਇਹਨਾਂ ਦੇ 1 ਵਾਰ ਆ ਗਏ, ਜੇ ਮੈਨੂੰ ਪੰਜਾਬ ਮੰਡੀ ਬੋਰਡ ਨਹੀਂ ਦਿੰਦੇ ਸੀ ਤਾਂ ਮੈਂ ਤਾਂ 15 ਦਿਨਾਂ ਤੋਂ ਕਹਿ ਰਿਹਾ ਵੀ ਭਾਈ ਮੈਂ ਨਹੀਂ ਲਈ, ਤਾਂ ਉਹ ਕਹਿ ਜਾਂਦੇ ਵੀ ਇਹਨੂੰ ਤਾਂ ਕੋਈ ਪੰਜਾਬ ਮੰਡੀ ਬੋਰਡ ਦੀ ਅਸੀਂ ਆਫਰ ਹੀ ਨਹੀਂ ਸੀ ਕਰਦੇ, ਹੈਂ ਵੀ ਇਹਨੂੰ ਪੰਜਾਬ ਮੰਡੀ ਬੋਰਡ ਦੀ ਅਸੀਂ ਗੱਲ ਹੀ ਨਹੀਂ ਸੀ ਕਰਦੇ। ਭਾਈ ਜੇ ਮੈਂ ਧਰਾਤਲ 'ਤੇ ਹੈ ਨਹੀਂ, ਜੇ ਵਿਨੇਬਿਲਟੀ ਉਹਨਾਂ ਦੀ ਹੈ, ਫਿਰ ਪੰਜਾਬ ਮੰਡੀ ਬੋਰਡ ਦੀ ਕੁਰਸੀ ਮੈਨੂੰ ਕਿਉਂ ਦੇ ਰਹੇ ਸੀ? ਸੋ ਇਹ ਦੇਖੋ, ਇਹ ਗੱਲਾਂ ਸਿਰਫ ਧਰਾਤਲ 'ਤੇ ਕੋਈ ਗੱਲ ਨਹੀਂ, ਕੋਈ ਇਸ ਗੱਲ ਦੀ ਸੱਚਾਈ ਨਹੀਂ। ਵਿਨੇਬਿਲਟੀ ਦੀ ਜੇ ਗੱਲ ਆ ਨਾ, ਤਾਂ ਜੇ ਵਿਨੇਬਿਲਟੀ ਇਹਨਾਂ ਦੀ ਹੁੰਦੀ ਤਾਂ ਬਾਈ ਜੀ ਰੈਲੀਆਂ ਦੇ ਵਿੱਚ ਮਲੇਰਕੋਟਲੇ ਤੋਂ, ਬਾਘੇ ਪੁਰਾਣੇ ਤੋਂ, ਸਾਹਨੇਆਲ ਤੋਂ, ਮਲੋੜ ਤੋਂ ਬੰਦੇ ਲਿਆਉਣ ਦੀ ਲੋੜ ਨਹੀਂ ਪੈਂਦੀ ਸੀ, ਨਰੇਗਾ ਮਜ਼ਦੂਰਾਂ ਨੂੰ ਲਿਆਉਣ ਦੀ ਲੋੜ ਨਹੀਂ ਪੈਂਦੀ ਸੀ, ਲੋਕ ਆਉਂਦੇ, ਵਰਕਰ ਆਉਂਦੇ, ਵਰਕਰ ਤਾਂ ਕੋਈ ਆ ਨਹੀਂ ਰਿਹਾ। ਉਹ ਤਾਂ ਕਹਿੰਦੇ ਕੱਲ ਦੀ ਰੈਲੀ ਨੇ ਸਾਬਤ ਕਰਤਾ ਕਿ ਹਰਿੰਦਰ ਜਿੱਤ ਰਿਹਾ ਇੱਕ ਪਾਸੇ। ਰੈਲੀ 'ਚ ਕੱਟ ਤਾਂ ਦੇਖ ਲਓ ਕਿਹੜਾ ਸੀ, ਰੈਲੀ 'ਚ ਬੰਦੇ ਤਾਂ 70 ਨਹੀਂ ਹੋਣੇ ਬਰਨਾਲੇ ਦੇ। ਤੁਸੀਂ ਰੈਲੀ ਦੀਆਂ ਫੋਟੋਆਂ ਕੱਢੋ, ਮੈਂ ਸਾਰੇ ਬਰਨਾਲੇ ਦੇ ਲੋਕਾਂ ਨੂੰ ਅਪੀਲ ਕਰਦਾ, ਇਹਨਾਂ ਨੇ ਫੋਟੋਆਂ ਵੀ ਨਹੀਂ ਚੰਗੀ ਤਰ੍ਹਾਂ ਪਾਈਆਂ, ਦੂਰੋਂ ਪਾਤੀਆਂ, ਨੇੜਿਓਂ ਵੀ ਜ਼ੂਮ ਕਰਕੇ ਦੇਖੋ, ਤੁਹਾਨੂੰ ਬਰਨਾਲੇ ਦਾ ਬੰਦਾ ਨਹੀਂ ਲੱਭਣਾ ਉਹਦੇ ਵਿੱਚ। ਵੋਟਾਂ ਥੋੜ੍ਹੀ ਨੇ ਆਲ ਸਿੰਘ ਵਾਲਿਆਂ ਨੇ ਪਾਉਣੀਆਂ ਨੇ ਜੀ, ਵੋਟਾਂ ਥੋੜ੍ਹੀ ਸਾਹਨੇ ਵਾਲਿਆਂ ਨੇ ਪਾਉਣੀਆਂ ਨੇ, ਵੋਟਾਂ ਤਾਂ ਬਾਈ ਜੀ ਬਰਨਾਲੇ ਵਾਲਿਆਂ ਨੇ ਪਾਉਣੀਆਂ ਨੇ, ਇਕੱਠ ਤਾਂ ਕਰ ਲਿਆ, ਇਹ ਤਾਂ ਵੋਟਾਂ 'ਚ ਪਤਾ ਲੱਗੂਗਾ ਨਾ ਬਰਨਾਲੇ ਕਿੰਨੀਆਂ ਵੋਟਾਂ ਪਾਉਂਦੇ ਆ ਇਹਨਾਂ ਨੂੰ। ਕੋਈ ਗੱਲ ਨਹੀਂ, 2 ਦਿਨ ਰਹਿ ਗਏ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਮੀਤ ਹੈਰ ਨੇ ਤੁਹਾਡੇ ਬਾਰੇ ਵੀ ਇੱਕ ਬਿਆਨ ਦਿੱਤਾ ਸੀ ਲੇਲੜੀਆਂ ਕੱਢਣ ਵਾਲਾ, ਤੇ ਉਸ ਤੋਂ ਬਾਅਦ ਇੱਕ ਗੱਲ ਉਹਨੇ ਹੋਰ ਆਖੀ ਕਿ ਬਾਠ ਬਲੋ ਦਾ ਬੈਲਟ ਜਾ ਕੇ ਸਾਨੂੰ ਹਿੱਟ ਕਰ ਰਿਹਾ, ਇਸ ਤਰ੍ਹਾਂ ਕਰਨਾ ਚੰਗਾ ਨਹੀਂ। ਦੇਖੋ ਜੀ, ਮੈਂ ਕੋਈ ਬਲੋ ਦਾ ਬੈਲਟ ਨਹੀਂ ਜਾ ਰਿਹਾ, ਮੈਂ ਤਾਂ ਸਿਰਫ ਤੇ ਸਿਰਫ ਇਹ ਕਹਿ ਰਿਹਾ ਵੀ ਭਾਈ ਜਿਹੜੇ ਆਪਾਂ ਇਕੱਠੇ ਹੋ ਕੇ ਲੱਗੇ ਸੀ, ਆਪਾਂ ਕਹਿੰਦੇ ਸੀ ਵੀ ਭਾਈ ਆਪਾਂ ਇਮਾਨਦਾਰੀ ਦੀ ਰਾਜਨੀਤੀ ਕਰਨੀ ਆ, ਕੀ ਤੁਸੀਂ ਉੱਥੇ ਖੜੇ ਹੋ? ਜਿਹੜੇ ਆਪਾਂ ਕਹਿੰਦੇ ਸੀ ਵੀ ਅਸੀਂ ਜੀ ਪਰਿਵਾਰਵਾਦ ਨੂੰ ਹੋਕਾ ਨਹੀਂ ਦੇਵਾਂਗੇ, ਕੀ ਤੁਸੀਂ ਉੱਥੇ ਖੜੇ ਹੋ? ਜਿਹੜੇ ਆਪਾਂ ਕਹਿੰਦੇ ਸੀ ਆਪਾਂ ਵਰਕਰਾਂ ਦੀ ਇੱਜ਼ਤ ਕਰਾਂਗੇ, ਆਪਾਂ ਵਰਕਰਾਂ ਨੂੰ ਚੇਅਰਮੈਨੀਆਂ ਦੇਵਾਂਗੇ, ਕੀ ਭਾਈ ਤੁਸੀਂ ਉੱਥੇ ਖੜੇ ਹੋ? ਤੁਸੀਂ ਤਾਂ ਵਰਕਰੀਆਂ ਦੀ ਚੇਅਰਮੈਨੀਆਂ ਤੱਕ ਕਟਾਈ ਜਾਂਦੇ ਹੋ। ਮੈਂ ਤਾਂ ਇਹ ਸੱਚੀਆਂ ਗੱਲਾਂ ਕਰ ਰਿਹਾ, ਮੈਂ ਬਲੋ ਦਾ ਬੈਲਟ ਕੀ ਕਰ ਰਿਹਾ? ਕਹਿੰਦੇ ਬਾਠ ਨੂੰ ਮੈਂ ਹੀ ਲੈ ਕੇ ਆਇਆ ਸੀ, ਉਹ ਕਹਿੰਦੇ ਇਹਨਾਂ ਨੂੰ ਕੌਣ ਲੈ ਕੇ ਆਇਆ ਸੀ? ਚਲੋ ਇਹ ਤਾਂ ਮੈਨੂੰ ਲੈ ਕੇ ਆਇਆ ਸੀ, ਫਿਰ ਇਹਨਾਂ ਨੂੰ ਫੂਲਕਾ ਸਾਹਿਬ ਲੈ ਕੇ ਆਏ ਸੀ, ਫਿਰ ਫੂਲਕਾ ਸਾਹਿਬ ਨਾਲ ਚਲੇ ਜਾਂਦੇ, ਇਹ ਕੋਈ ਪਾਰਟੀ 'ਚ ਨੇ? ਕਮਾਲ ਦੀ ਗੱਲ ਆ ਯਾਰ, ਇਹ ਕੋਈ ਗੱਲ ਥੋੜ੍ਹੀ ਆ ਮੈਂ ਲੈ ਕੇ ਆਇਆ ਸੀ, ਕੌਣ ਲੈ ਕੇ ਆਇਆ ਸੀ? ਅਸੀਂ ਯਾਰ 14 ਵੇਲੇ ਲੈ ਕੇ ਆਏ ਸੀ, 14 ਵੇਲੇ ਤਾਂ ਪਾਰਟੀ 'ਚ ਵੀ ਹੈ ਨਹੀਂ ਸੀ। ਜਦੋਂ 14 ਵੇਲੇ ਦੀਆਂ ਮੇਰੀਆਂ ਫੇਸਬੁੱਕ ਕੱਢ ਕੇ ਦੇਖ ਲਓ, ਜਦੋਂ ਇੱਥੇ ਕੇਜਰੀਵਾਲ ਸਾਹਿਬ ਦਾ
ਇਕੱਠ ਹੋਇਆ ਸੀ ਆਪਣਾ ਕਚਹਿਰੀ ਚੌਂਕ ਤੇ, ਮੈਂ ਉੱਥੇ ਮੌਜੂਦ ਸੀ। ਮੇਰੀ ਫੇਸਬੁੱਕ ਤੇ ਤੁਸੀਂ 14 ਚ ਜਾਓ, ਉਹ ਫੋਟੋ ਪਈ ਹੋਊ, ਤੁਸੀਂ ਚੈੱਕ ਕਰ ਲਓ। ਉਦੋਂ ਮੀਤ ਹੇਰ ਕਿੱਥੇ ਸੀ? ਜਦੋਂ ਕਲਤਾਰ ਸੰਧਮਾ ਇੱਥੇ ਆਏ ਸੀ, ਮੇਰੇ ਯਾਦ ਆ ਮਨਜੀਤ ਸਿੰਘ ਸਿੱਧੂ ਇੱਥੇ ਦੇ ਕਨਵੀਨਰ ਸੀ ਬਰਨਾਲੇ ਦੇ, ਮੇਰੇ ਯਾਦ ਆ ਅਸੀਂ ਇੱਥੇ ਧਰਨਾ ਲਾਇਆ ਸੀਗਾ ਆਪਣਾ ਸ਼ਹੀਦ ਭਗਤ ਸਿੰਘ ਚੌਂਕ 'ਚ, ਕਲਤਾਰ ਸਿੰਘ ਸੰਧਮਾ ਆਏ ਸੀ। ਇਹ ਗੱਲ ਹੈਗੀ ਆ 14 ਦੀ ਇਲੈਕਸ਼ਨ ਤੋਂ ਪਹਿਲਾਂ ਦੀ ਆ, ਮਾਨ ਸਾਹਿਬ ਦੀ ਇਲੈਕਸ਼ਨ ਤੋਂ 13 ਦੀ ਗੱਲ ਆ। ਉਦੋਂ ਮੀਤ ਹੇਰ ਕਿੱਥੇ ਸੀ? ਬਾਈ ਜੀ, ਮੈਂ ਜੌਬ ਜ਼ਰੂਰ ਕਰਦਾ ਸੀ ਪਰ ਮੈਂ ਇੱਕ ਆਈਡੀਓਲੋਜੀ ਨਾਲ ਜੁੜਿਆ ਹੋਇਆ ਸੀ। ਮੈਂ ਫੇਰ ਕਹਿਣਾ, ਮੈਂ 12 ਐਤਵਾਰ ਨੂੰ ਪਾਰਟੀ ਦੇ ਕੰਮਾਂ 'ਚ ਜਾਂਦਾ ਸੀ ਪਰ ਮੈਂ ਇੱਕ ਵਰਕਰ ਸੀ, ਇਹ ਬਣ ਕੇ ਆਇਆ ਲੀਡਰ। ਮੈਂ ਸੀ ਵਰਕਰ, ਮੈਂ ਤਾਂ ਉਦੋਂ ਵੀ ਵਰਕਰ ਹੀ ਸੀ, ਮੈਂ ਲੀਡਰ ਬਣਨਾ ਨਹੀਂ ਚਾਹੁੰਦਾ ਸੀ। ਮੈਂ ਤਾਂ ਕਦੇ ਇੱਛਾ ਵੀ ਨਹੀਂ ਜਤਾਈ ਵੀ ਭਾਈ ਮੈਂ ਜ਼ਿਲ੍ਹਾ ਪ੍ਰਧਾਨ ਬਣਨਾ, ਮੈਂ ਕਦੇ ਟਿਕਟ ਲੈਣੀ ਆ, ਮੈਂ ਕੋਈ ਇੱਛਾ ਨਹੀਂ ਜਤਾਈ। ਹਰਿੰਦਰ ਧਾਲੀਵਾਲ ਇਹੀ ਗੱਲ ਕਹਿ ਰਿਹਾ ਕਿ 62 ਨੂੰ ਅਸੀਂ ਕਿਹਾ ਸੀ ਵੀ ਤੂੰ ਜ਼ਿਲ੍ਹਾ ਪ੍ਰਧਾਨ ਬਣ ਜਾ, ਕੰਮ ਅਸੀਂ ਸਾਂਭ ਲਾਂਗੇ, ਤੁਸੀਂ ਆਪਣਾ ਕੰਮ ਕਰੀ ਚੱਲੋ। ਕੋਈ ਨਾ, ਹੁਣ ਫਿਰ ਕੰਮ ਹੁਣ ਸਾਂਭ ਹੀ ਲਿਆ, ਫਿਰ ਬਾਟ ਦੇ ਅੱਗੇ ਪਿੱਛੇ ਕਿਉਂ ਤੁਰੇ ਫਿਰਦੇ? ਫਿਰ ਇਹਨੂੰ ਹਰਿੰਦਰ ਧਾਲੀਵਾਲ ਨੂੰ ਇਹ ਪੁੱਛੋ ਫਿਰ ਮਿੰਨਤਾਂ ਕਿਉਂ ਕਰਦੇ ਫਿਰਦੇ ਵੀ ਭਾਈ ਤੂੰ ਬਹਿ ਜਾ, ਹੁਣ ਵੀ ਫੋਨ ਆਉਂਦੇ ਤੂੰ? ਹੁਣ ਕਿਉਂ, ਪਿਛਲੇ 10 ਦਿਨ ਪਹਿਲਾਂ ਦੇ, ਹੁਣ ਤਾਂ ਚਲੋ ਕੀ ਆਉਣੇ, ਹੁਣ ਤਾਂ ਕੰਮ ਹੀ 2 ਦਿਨਾਂ ਦਾ ਰਹਿ ਗਿਆ। ਅਤੇ ਭਾਈ ਫਿਰ ਵੀ ਗੁਰਦੀਪ ਬਾਟ ਨੂੰ ਕਹਿਣ ਦੀ ਕੀ ਲੋੜ ਸੀ? ਜੇ ਤੁਸੀਂ ਤੁਸੀਂ ਲੈ ਕੇ ਆਏ ਸੀ, ਗੁਰਦੀਪ ਬਾਟ ਨੂੰ ਵੋਟ ਹੀ ਨਹੀਂ ਪੈ ਰਹੀ, ਫਿਰ ਤਾਂ ਕੋਈ ਗੱਲ ਹੀ ਨਹੀਂ, ਫਿਰ ਬਾਟ ਦੀ ਗੱਲ ਕਿਉਂ, ਜ਼ਿਕਰ ਕਿਉਂ ਕਰ ਰਹੇ ਹੋ ਜੇ ਗੁਰਦੀਪ ਬਾਟ ਨੂੰ ਵੋਟ ਨਹੀਂ ਪੈ ਰਹੀ? ਮੀਤ ਹੇਅਰ ਕਹਿ ਰਿਹਾ ਕਿ ਯਾਰੀ ਅਤੇ ਗਦਾਰੀ 'ਚ ਮੈਨੂੰ ਚੰਗੀ ਤਰ੍ਹਾਂ ਫਰਕ ਪਤਾ, ਕੌਣ ਯਾਰ ਯਾਰ ਆ ਅਤੇ ਕੌਣ ਯਾਰ ਮਾਰ ਕਰ ਰਿਹਾ? ਦੇਖੋ ਇਹ ਲੋਕ ਦੱਸਣਗੇ ਵੀ ਕੌਣ ਯਾਰ ਆ ਕੌਣ ਗਦਾਰ ਆ, ਯਾਰੀ 'ਚ ਗਦਾਰੀ ਕਿਹਨੇ ਕੀਤੀ ਹੈ ਨਾ, ਇਹ ਲੋਕ ਦੱਸਣਗੇ। ਅੰਮ੍ਰਿਤਪਾਲ ਸੁਖਾਨੰਦ MLA ਨੇ, ਇਹਨਾਂ ਦੇ ਦੋਸਤ ਵੀ ਨੇ, ਉਹ ਕਹਿ ਰਹੇ ਕਿ ਬਰਨਾਲੇ ਵਾਲਿਓ ਗਦਾਰਾਂ ਨੂੰ ਮਾਫ਼ ਨਾ ਕਰਿਓ। ਬਿਲਕੁਲ ਨਹੀਂ ਕਰਨਗੇ, ਐਤਕੀ ਬਰਨਾਲੇ ਵਾਲੇ ਗਦਾਰਾਂ ਨੂੰ ਮਾਫ਼ ਨਹੀਂ ਕਰਦੇ, ਮੇਰੀ ਗੱਲ ਯਾਦ ਰੱਖਿਓ। 23-24 ਤਰੀਕ ਨੂੰ ਆਪਾਂ ਇੰਟਰਵਿਊ ਕਰਾਂਗੇ, ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ, ਅਤੇ ਤੁਹਾਨੂੰ ਮੈਂ ਦੱਸੂੰਗਾ ਵੀ ਬਰਨਾਲੇ ਵਾਲੇ ਨੇ ਗਦਾਰਾਂ ਨੂੰ ਮਾਫ਼ ਨਹੀਂ ਕੀਤਾ, ਗਦਾਰਾਂ ਨੂੰ ਨਾ ਇੱਥੋਂ ਭਜਾਉਣਗੇ ਬਰਨਾਲੇ ਵਾਲੇ। ਇਹ ਅੰਮ੍ਰਿਤਪਾਲ ਸੁਖਾਨੰਦ ਜਿਹੜੀ ਗੱਲ ਕਹਿ ਰਹੇ ਨਾ, ਉਹ ਤਾਂ ਖਰੇ ਉਤਰਨਗੇ ਬਰਨਾਲੇ ਦੇ ਲੋਕ, ਐਤਕੀ ਗਦਾਰਾਂ ਨੂੰ ਇੱਥੋਂ ਬਾਹਰ ਕੱਢਣਗੇ। ਬਰਨਾਲੇ ਦੇ ਵਿੱਚ ਕਿਵੇਂ ਦੇਖਦੇ ਹੋ, ਕਿਉਂਕਿ ਕਰਪਸ਼ਨ ਦੇ ਤੁਸੀਂ ਜਿਵੇਂ ਇਲਜ਼ਾਮ ਲਾਏ ਸੀ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਇਲਜ਼ਾਮਾਂ ਦਾ ਕੋਈ ਤੁਹਾਡੇ ਕੋਲ ਸਬੂਤ ਵੀ ਹੈ ਜਾਂ ਫਿਰ ਤੁਸੀਂ ਸਿਰਫ ਇੱਕ ਗੱਲ ਕਹੀ? ਮੈਂ ਤਾਂ ਤੁਹਾਨੂੰ ਜੀ ਆਹ ਦੇਖੋ, ਮੈਂ ਤੁਹਾਨੂੰ ਆਹ ਨਗਰ ਕੌਂਸਲ ਦੇ ਪ੍ਰਧਾਨ ਵਾਲੀ ਗੱਲ ਕਰਤੀ, ਤੁਸੀਂ ਇਸੇ ਗੱਲ ਦੇ ਜਵਾਬ ਲੈ ਲਓ। ਮਤਲਬ ਕਿ ਕਰਪਸ਼ਨ ਦੇ ਸਬੂਤਾਂ ਦੀ ਤਾਂ ਗੱਲ ਤੁਸੀਂ ਠੀਕ ਆ, ਤੁਹਾਡੀ ਗੱਲ ਕਰਨੀ ਸਬੂਤਾਂ ਦੀ ਗੱਲ, ਸਬੂਤ ਤਾਂ ਬਾਈ ਜੀ ਕਹਿ ਲਓ ਵੀ ਬਾਜ਼ਾਰਾਂ 'ਚ ਪਏ ਨੇ, ਸਬੂਤ ਬਾਜ਼ਾਰਾਂ 'ਚ ਪਏ ਨੇ। ਤੁਸੀਂ ਬਾਜ਼ਾਰਾਂ 'ਚ ਜਾ ਕੇ ਦੇਖੋ, ਹੰਡਿਆਏ ਬਾਜ਼ਾਰ 'ਚ ਜਾ ਕੇ ਦੇਖੋ, ਫਰਵਾਹੀ ਬਾਜ਼ਾਰ 'ਚ, ਸੋਰੀ ਫਰਵਾਹੀ ਬਾਜ਼ਾਰ 'ਚ ਸੀਵਰੇਜ ਦੀ ਪਾਈਪਲਾਈਨ ਦਾ ਕੰਮ ਕਰ ਗਿਆ, 6-6 ਇੰਚੀਆਂ ਇਹਨਾਂ ਨੇ ਪਾਈਪਾਂ ਪਾਤੀਆਂ। ਉਹ ਸਾਰੇ ਜਿਹੜੇ ਉੱਥੇ ਫਰਵਾਹੀ ਬਾਜ਼ਾਰ ਦੇ ਬਛਿੰਦੇ ਨੇ, ਉਹ ਪਿੱਟੀ ਜਾਂਦੇ ਆ ਵੀ ਭਾਈ ਸਾਡਾ ਸਾਰਾ ਤੁਸੀਂ ਇੱਥੇ ਜਿਵੇਂ ਚਾਹੁੰਦੇ ਸੀ ਉਹ ਮਤਲਬ ਕਿ 20% ਵੀ ਉਵੇਂ ਕੰਮ ਨਹੀਂ ਹੋਇਆ। ਇੱਕੋ ਹੀ ਠੇਕੇਦਾਰ, ਤੁਸੀਂ ਦੇਖੋ ਯਾਰ ਇਹਨਾਂ ਨੇ ਠੇਕੇਦਾਰ ਬਠਿੰਡਿਓਂ ਲਿਆ ਕੇ ਠੇਕੇਦਾਰ ਕੰਮ ਨਹੀਂ ਕੰਮ ਕਰ ਰਹੇ ਆ, 30-30% ਤੇ ਇਹ ਠੇਕੇ ਦੇ ਰਹੇ ਆ ਕੱਟ ਕੇ ਮਿਨੀਮਮ। ਮਤਲਬ ਮੈਂ ਤੁਹਾਨੂੰ ਕੀ ਕੀ ਗੱਲਾਂ ਦੱਸਾਂ, ਸਾਰੇ ਬਰਨਾਲੇ ਦੇ ਲੋਕਾਂ ਨੂੰ ਸਾਰੀਆਂ ਪਤਾ ਨੇ ਵੀ ਕਿਹੜੇ ਠੇਕੇਦਾਰ ਨੇ, ਕਿਹੜੇ ਇਹਨਾਂ ਦੇ ਠੇਕੇ ਸਾਂਭਦੇ ਆ। ਬਰਨਾਲੇ ਤੁਸੀਂ ਬਾਜ਼ਾਰ 'ਚ ਜਾ ਕੇ ਸਰਵੇ ਕਰੋ, ਬਰਨਾਲਿਆਂ ਨੂੰ ਸਾਰਾ ਪਤਾ। ਮੈਂ ਤਾਂ ਹੀ ਕਹਿਣਾ ਇਹ 23 ਤਰੀਕ ਨੂੰ ਬਰਨਾਲੇ ਦੇ ਲੋਕ ਸਾਰਾ ਸ਼ੀਸ਼ਾ ਸਾਫ਼ ਕਰਦੇ ਨੇ। ਮੀਤ ਅਤੇ ਉਹਦੇ ਸਾਥੀ ਕਹਿ ਰਹੇ ਕਿ ਅਸੀਂ 1 ਪੈਸੇ ਦੀ ਵੀ ਬੇਈਮਾਨੀ ਨਹੀਂ ਕੀਤੀ, ਜੇ ਅਸੀਂ ਬੇਈਮਾਨੀ ਕੀਤੀ ਅਸੀਂ ਚੰਗੀ ਨੀਂਦ ਸੌਂ ਗਏ ਤਾਂ ਸਮਝੋ ਅਸੀਂ ਮਰ ਗਏ। ਕੋਈ ਗੱਲ ਨਹੀਂ ਜੀ, ਇਹ ਤਾਂ ਲੋਕ ਦੱਸਣਗੇ ਵੀ ਤੁਸੀਂ ਬੇਈਮਾਨੀ ਕੀਤੀ ਹੈ ਕਿ ਨਹੀਂ ਕੀਤੀ। ਕੌਣ ਕਹਿੰਦਾ ਹੁੰਦਾ ਮੈਂ ਬੇਈਮਾਨੀ ਕੀਤੀ ਹੈ? ਪਹਿਲਾਂ ਜਿਹੜੇ ਲੀਡਰ ਐਡੇ ਬਣ ਗਏ ਉਹ ਕਹਿੰਦੇ ਮੈਂ ਬੇਈਮਾਨੀ ਕੀਤੀ, ਆਪ ਤਾਂ ਕੋਈ ਕਹਿੰਦੇ ਨਹੀਂ ਹੁੰਦਾ, ਤਾਂ ਲੋਕ ਦੱਸਦੇ ਹੁੰਦੇ ਵੀ ਉਹਨਾਂ ਨੇ ਕੀਤੀ ਹੈ ਕਿ ਨਹੀਂ। ਸੋ ਇਹ ਲੋਕ ਦੱਸਣਗੇ। ਮੁਕਾਬਲਾ ਤੁਸੀਂ ਕਿੰਨਾ ਮੰਨਦੇ ਹੋ? ਇੱਕ ਪਾਸੇ ਕਾਲਾ ਢਿੱਲੋਂ ਨੇ, ਦੂਜੇ ਪਾਸੇ ਕੇਵਲ ਢਿੱਲੋਂ ਹੈ, ਅਤੇ ਇੱਕ ਪਾਸੇ ਹਰਿੰਦਰ ਧਾਲੀਵਾਲ ਹੈ, ਇੱਕ ਗੋਬਿੰਦ ਸੰਧੂ ਵੀ ਹੈ। ਮੈਂ ਕਿਸੇ ਨਾਲ ਮੁਕਾਬਲਾ ਨਹੀਂ ਮੰਨਦਾ ਜੀ, ਮੇਰਾ ਮੁਕਾਬਲਾ ਤਾਂ ਬਰਨਾਲੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ, ਮੇਰਾ ਮੁਕਾਬਲਾ ਤਾਂ ਬਰਨਾਲੇ ਦੇ ਲੋਕਾਂ ਦੇ ਮੁੱਦਿਆਂ ਨਾਲ, ਮੇਰਾ ਮੁਕਾਬਲਾ ਬਰਨਾਲੇ ਦੀ ਡਿਵੈਲਪਮੈਂਟ ਨਾਲ, ਮੇਰਾ ਇਹਨਾਂ ਨਾਲ ਕਿਸੇ ਨਾਲ ਮੁਕਾਬਲਾ ਨਹੀਂ। ਮੈਂ ਤਾਂ ਬਰਨਾਲੇ ਦੇ ਲੋਕਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ, ਮੇਰਾ ਤਾਂ ਉਹਨਾਂ ਦੇ ਦੁੱਖ ਤਕਲੀਫਾਂ ਨਾਲ ਮੁਕਾਬਲਾ,
ਤੇ ਉਹਨਾਂ ਦੇ ਦੁੱਖ ਤਕਲੀਫ ਘਟਾਉਣਾ ਹੀ ਮੇਰਾ ਮਕਸਦ ਆ, ਮੇਰਾ ਇਹਨਾਂ ਨਾਲ ਕਿਸੇ ਨਾਲ ਕੋਈ ਮੁਕਾਬਲਾ। ਆਜ਼ਾਦ ਬੰਦੇ ਨੂੰ ਲੋਕ ਵੋਟ ਕਿਉਂ ਪਾਉਣਗੇ? ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਆਜ਼ਾਦ ਖਿਆਲ ਆਦਮੀ ਨੇ ਜੀ। ਲੋਕ ਵੋਟ ਇਸ ਕਰਕੇ ਪਾਉਣਗੇ ਕਿਉਂਕਿ ਬਰਨਾਲੇ ਦਾ ਜਿਹੜਾ ਪਛੜਾ ਪਾਉਣਾ ਉਹ ਉਹਨਾਂ ਨੂੰ ਦੀਂਦਾ ਵੀ ਕਿਹੜਾ ਲੀਡਰ ਆ ਉਹ ਦੂਰ ਕਰ ਸਕਦਾ, ਕਿਹੜਾ ਲੀਡਰ ਆ ਜਿਹੜਾ ਉਹਨਾਂ ਦੇ ਮੁੱਦੇ ਆ ਜਿਹੜੇ ਵਿਧਾਨ ਸਭਾ 'ਚ ਚੱਕ ਕੇ ਹੱਲ ਕਰਾ ਸਕਦਾ। ਇਹ ਬਰਨਾਲੇ ਦੇ ਲੋਕਾਂ ਨੂੰ ਪਤਾ ਤਾਂ ਲੋਕ ਵੋਟ ਪਾਉਣਗੇ। ਇੰਨੀ ਜ਼ਰੂਰਤ ਰੱਖੋਗੇ ਕਿਉਂਕਿ ਆਜ਼ਾਦ ਬੰਦੇ ਨੂੰ ਸਰਕਾਰ ਨੇ ਦੇਣਾ ਕੁਛ ਕਿ ਨਹੀਂ ਦੇਣਾ, ਇਹ ਤੁਹਾਨੂੰ ਲੱਗਦਾ ਕਿ ਸਰਕਾਰ ਇਸ ਤਰ੍ਹਾਂ ਤੁਹਾਡੀਆਂ ਗੱਲਾਂ? ਦੇਖੋ ਬਾਈ ਜੀ, ਜ਼ਰੂਰਤ ਦੀ ਗੱਲ ਕਰਦੇ ਹੋ ਤੁਸੀਂ, ਕਦੇ ਪੰਜਾਬ ਦੇ ਇਤਿਹਾਸ 'ਚ ਹੋਇਆ ਵੀ ਜ਼ਿਮਨੀ ਚੋਣ 'ਚ ਕਿਸੇ ਸਰਕਾਰ ਦੇ ਅਹੁਦੇਦਾਰ ਨੇ ਜ਼ਿਲ੍ਹਾ ਪਲੈਨਿੰਗ ਬੋਰਡ ਦੀ ਕੁਰਸੀ ਛੱਡ ਕੇ ਪੰਜਾਬ ਮੰਡੀ ਬੋਰਡ ਦੀ ਕੁਰਸੀ ਨੂੰ ਇਗਨੋਰ ਕਰਕੇ ਇਲੈਕਸ਼ਨ ਲੜੀ ਹੋਵੇ? ਉਹ ਇਤਿਹਾਸ ਕਿੱਥੋਂ ਬਣਾਇਆ ਸੀ? ਬਰਨਾਲੇ ਤੋਂ ਬਣਾਇਆ। ਜੇ ਜ਼ਰੂਰਤ ਸੀ ਤਾਂ ਹੀ ਬਣਾਇਆ ਨਾ, ਜੇ ਜ਼ਰੂਰਤ ਸੀ ਐਡਾ ਕੰਮ ਜੇ ਪੰਜਾਬ 'ਚ ਨਹੀਂ ਕਦੇ ਹੋਇਆ ਬਰਨਾਲੇ 'ਚ ਹੋਇਆ। ਸੋ ਜ਼ਰੂਰਤ ਕਹਿ ਲਓ ਜਾਂ ਉਹ ਹਿੰਮਤ ਕਹਿ ਲਓ ਜੇ ਸਾਡੇ 'ਚ ਹੈਗੀ ਹੈ ਤਾਂ ਹੀ ਹੋਇਆ। ਬਰਨਾਲੇ ਦੇ ਲੋਕ ਮੈਨੂੰ ਵਿਧਾਨ ਸਭਾ ਪਹੁੰਚਾਉਣਗੇ। ਅੱਜ ਤਾਂ ਮੈਂ ਕੁਛ ਨਹੀਂ, ਅੱਜ ਤਾਂ ਮੈਂ ਸਿਰਫ ਉਮੀਦਵਾਰ ਹਾਂ, ਅੱਜ ਮੈਂ ਸਰਕਾਰ ਨਾਲ ਮੱਥਾ ਲਾਈ ਬੈਠਾ। ਭਾਈ ਜੇ ਕੱਲ ਨੂੰ ਮੈਂ ਵਿਧਾਨ ਸਭਾ ਪਹੁੰਚਦਾ, ਮੇਰੇ ਕੋਲ ਇੱਕ ਅਹੁਦਾ ਹੁੰਦਾ, ਤਾਂ ਮੈਂ ਕੀ ਨਹੀਂ ਕਰ ਸਕਦਾ? ਜ਼ਰੂਰਤ ਵਾਲੀ ਗੱਲ ਤਾਂ ਤੁਸੀਂ ਨਾ ਕਹੋ, ਜ਼ਰੂਰਤ ਅਤੇ ਸੱਚਾਈ 'ਤੇ ਤਾਂ ਮੈਂ ਅਟੱਲ ਰਹਿਣਾ ਹੀ ਰਹਿਣਾ। ਅਤੇ ਮੈਂ ਬਰਨਾਲੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਦੀਵਾ ਮੈਂ ਇਮਾਨਦਾਰੀ ਦਾ ਅੱਜ ਹਥੇਲੀ 'ਤੇ ਬਾਲੀ ਫਿਰਦਾ ਨਾ, ਇਹ ਜ਼ਿੰਦਗੀ ਭਰ ਆ ਜਿਹੜਾ ਇਹ ਬੋਝਨ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਗੁਰਦੀਪ ਸਿੰਘ ਬਾਠ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਕੁਝ ਹੀ ਘੰਟਿਆਂ ਦਾ ਸਮਾਂ ਚੋਣਾਂ ਦੇ ਵਿੱਚ ਬਾਕੀ ਹੈ, 23 ਤਰੀਕ ਨੂੰ ਕੀ ਨਤੀਜਾ ਆਉਂਦਾ ਹੈ, ਕਿਉਂਕਿ ਕੌਨਫੀਡੈਂਟ ਨੇ ਪੂਰੇ ਗੁਰਦੀਪ ਬਾਠ ਕੇ, ਜ਼ਰੂਰ ਉਹਨਾਂ ਦੀ ਲੋਕਾਂ ਦੇ ਵਿੱਚ ਜਿਹੜੀ ਇਸ ਵੇਲੇ ਮਾਹੌਲ ਹਵਾ ਬਣੀ ਹੋਈ ਹੈ ਉਹ ਨਤੀਜਿਆਂ ਦੇ ਵਿੱਚ ਪਰਿਵਰਤਿਤ ਹੋਵੇਗੀ। 23 ਤਰੀਕ ਨੂੰ ਜੋ ਨਤੀਜਾ ਆਉਂਦਾ ਉਸ ਤੋਂ ਬਾਅਦ ਲਗਾਤਾਰ ਹੋਰ ਵੀ ਤੁਹਾਡੇ ਨਾਲ ਇੰਟਰਵਿਊ ਵਗੈਰਾ ਦਿਖਾਉਂਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।